हाँ जी भाई, सत श्री अकाल सारिआं नूं। ते अज आपां आए अपने नवें ब्लॉग दे नाल। अज आपां चले आ रोटी दे किसे दे घर। सफ़र बहुत लंबा आ, तो बने रहो वीडियो दे नाल नाल। ते तुहानूं उत्थे जा के मिलदे आ, असीं सारा परिवार चले आ। आओ चलिए। सत श्री अकाल जी। हाँ जी, आपां आ गए इत्थे घरे। ठंडा बत्ता पी लिया पहलां ही। अभी पहला ही आए होंगे, सदन तो पहले ही आए होंगे। तालु किन्हें सदे हुआ? ये पहला मौजी है। ये तो मासी है। हम मासी तो मुंडा पे खाओ। ये कुड़े क्या वो दीदी है जिन्ना ने सन बुलाया? ये दीदी जिन्ना ने अपन इनवाइट किया। तरन तरन तो है। आ सारे न्याणे इन्हां दे ही आ। ਅਰਨੋ ਗੱਲ ਕਰ ਕੋਈ ਉਧਰ। ਇਹ ਬੜਾ ਫਨੀ ਬੱਚਾ ਵਾ, ਥੋੜਾ ਜੰਗਲੀ ਟਾਈਪ ਬੱਚੇ। ਕੋਈ ਗੱਲ ਨਹੀਂ। ਕੀ ਖਾਣਾ ਪਸੰਦ? ਮੈਨੂੰ ਨਹੀਂ ਆ ਪਸੰਦ। ਤੂੰ ਮੰਮੀ ਵੀਡੀਓ ਬਣਾਈ ਜਾਣਾ ਘੜੀ, ਵਿਆਹ ਦੀ ਭਾਂਡੀ ਆ। ਐਵੇਂ ਫਰੂਟ ਦੇ ਤੇ ਮਾਰੀ ਜਾਣਾ। ਕੀ ਖਾਣਾ ਪਸੰਦ ਕਰੋਗੇ? ਸਲਾਦ ਖਾਂਦੇ ਖਾਂਦੇ ਨਹੀਂ ਹੁੰਦੇ। ਅਰਨੋ ਆ ਕੀ ਬਣਾਇਆ ਤੁਸੀਂ? ਇਹ ਕਰੀ ਸਬਜ਼ੀ ਆ ਹੈ? डंड मार के विखा। चलो डंड, तेरी अज वीडियो पई है। आ वेखियो बच्चा डंड मारदा। ओए हाय ओए हाय। ਸਾਡੀ ਭਤੀਜੀ ਸੰਦੀਪ ਸਿੰਘ ਦੀ ਬੇਟੀ। ਆ ਨਵੀਂ ਐਕਸਰਸਾਈਜ਼। ਫਰੂਟ ਐਵੇਂ ਨਹੀਂ ਰੱਖਿਆ ਨਾ ਘਰੇ ਆਪਣੇ। ਉਹ ਗੱਲ ਸੁਣ, ਜੇ ਮਗਰ ਸਿਰ ਵੱਜ ਗਿਆ ਮੈਂ ਨਹੀਂ ਖਾਣਾ ਕਿਤੇ। ਹੁਣ ਪਹਿਲਾਂ ਰੋਟੀ ਖਾਣੀ ਅਸੀਂ। ਬਸ ਬਸ ਬਹੁਤ ਹੋ ਗਿਆ। ਬਸ ਕਰ, ਕੜੱਲਾ ਪੈ ਜਾਣੀਆਂ ਤੈਨੂੰ। ਨਹੀਂ ਨਹੀਂ, ਤੂੰ ਵੀ ਕਰ ਨਿਮਰਤ। ਨਿਮਰਤ ਕਰ ਦੇ ਬੇਟੇ, ਅਵੇਲਾ ਨਾ ਕਰ ਦੇ ਨਾ। ਖਾਓ ਤੇ ਕੋਈ ਸਾਡੇ ਘਰ ਦੇ ਭੁੱਖੇ ਆਏ ਆ। ਇਹਨਾਂ ਰੋਟੀਆਂ ਤੋਂ ਪਹਿਲਾਂ ਪਹਿਲਾਂ ਸਲਾਦ ਨੂੰ ਵੱਟ ਦੇ ਦੇਣ ਲੱਗੇ ਆ। ਜਿਹੜੀ ਨਵੀਂ ਵੈਰਾਇਟੀ ਆਈ ਆ, ਬਸ ਮੋਗੀਆਂ ਵੈਰਾਇਟੀਆਂ ਕੋਈ ਨਾਲ ਨਾਲ ਬਣ ਜਾਊਗੀ। ਨਹੀਂ ਮੋਗੀ ਵੈਰਾਈਟੀ ਸਾਡੀ ਇਹ ਪ੍ਰਸ਼ਾਦੇ ਵਾਲੀ ਚਟਨੀ ਆ, ਘਿਓ ਲੱਗਦਾ, ਮਟਰ ਪਨੀਰ, ਦਹੀਂ, ਅਰੋਸ, ਚੌਲ, ਮਿਕਸ ਸਬਜ਼ੀ, ਬੰਦ ਗੋਭੀ, ਲਚੂਗਾ, ਸਲਾਦ, ਚਨਾ ਭਾਜੀ। ਅਚਨ ਆ ਚਨਾ ਭਾਜੀ ਕੀ ਆ? ਨਿਊਟਰੀ ਕੀ ਆ? ਨਿਊਟਰੀ ਆ, ਨਿਊਟਰੀ ਆ। ਅੱਛਾ ਅੱਛਾ ਠੀਕ ਆ। ਦੀਦੀ ਦੇ ਮਨ ਦੀ ਬੜੀ ਤਮੰਨਾ ਸੀ ਸਾਨੂੰ ਘਰੇ ਸਾਦਕ ਰੋਟੀ ਖਵਾਉਣ ਦੀ, ਅੱਜ ਪੂਰੀ ਹੋ ਰਹੀ ਆ। ਬਚਨ ਬਲਾਸ ਕਰਨੇ ਕੋਈ ਰੋਟੀ ਬਾਣੀ ਬਾਰੇ ਕੁਛ ਨਹੀਂ, ਖਾਓ ਪੀਓ ਐਸ਼ ਕਰੋ। ਹਾਂਜੀ, ਹੁਣ ਆਪਾਂ ਰੋਟੀ ਖਾਣ ਲੱਗੇ ਆ। ਪਾ ਦੋ, ਹੁਣ ਆਪਾਂ ਰੋਟੀ ਖਾਣ ਲੱਗੇ ਆ। ਰੋਟੀ ਖਾ ਕੇ ਫਿਰ ਤੁਹਾਨੂੰ ਦੱਸ ਦਿਆਂ ਕਿੱਦਾਂ ਦੀ ਬਣਾਈ ਕਿੱਦਾਂ ਨਹੀਂ, ਤੇ ਉਮੀਦ ਆ ਪਸੰਦ ਆਊਗੀ। ਰੋਟੀ ਖਾ ਕੇ ਕਰਦੇ ਆ ਗੱਲ। ਨਿਮਰਤ ਕੀ ਖਾਣ ਦੀ ਆ? ਜੋਲੀ ਕਿਹੜੀ ਜੋਲੀ? ਨਾ ਕੀ ਜਾਲੀ ਦਾ ਕਿਹੜਾ ਫਲੇਵਰ ਵਾ? ਬਹੁਤ ਸਿਆਣਾ ਹੋ ਚੁੱਕਿਆ ਹੈ ਬੱਚਾ, ਕਿਵੇਂ ਸੇਵਾ ਕਰ ਰਿਹਾ ਪ੍ਰਾਹੁਣਿਆਂ ਦੀ। ਅਰਨਵ ਉਹ ਕੀ ਕਹਿੰਦਾ ਹੈ ਤੂੰ? ਦੇਖ ਲਓ, ਸੇਵਾ ਵੀ ਕਰਦਾ ਨਾਲ ਗਾਲਾਂ ਵੀ ਕੱਢਦਾ ਹੈ। ਇਹਨੂੰ ਕਹਿੰਦੇ ਆ
ਵਧੀਆ ਬੱਚੇ ਐਜੂਕੇਟਿਡ ਬੱਚੇ ਮੈਂ ਕਿਸੇ ਨੂੰ ਕਦੀ ਗਾਲ ਨਹੀਂ ਕੱਢੀ ਨਾ ਮੈਨੂੰ ਗਾਲਾਂ ਕੱਢਣੀਆਂ ਆਉਂਦੀਆਂ ਮੈਨੂੰ ਪਤਾ ਗਾਲਾਂ ਕਿੰਨੇ ਸਿਖਾਈਆਂ ਵਾ ਤੇਰੇ ਪਾਪਾ ਨੇ ਕਿੰਨੇ ਸਿਖਾਈਆਂ ਫਿਰ ਤੇਰੇ ਪਾਪਾ ਨੇ ਮੇਰਾ ਪਾਪਾ ਤੇ ਕੋਈ ਗਾਲ ਨਹੀਂ ਕੱਢਦਾ ਕਿਹੜੀ 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 ਉਹੀ ਉਹੀ ਕਿਹੜੀ ਅਸੀਂ ਗਾਲ ਕੱਢਦੇ ਨਹੀਂ ਮੇਰਾ ਪਾਪਾ ਕਿਹੜਾ ਕੋਰਸ ਕਰਾਉਂਦਾ ਗਾਲਾਂ ਦਾ ਮੇਰਾ ਪਾਪਾ ਕਿਹੜਾ ਕਲਾਸ ਦੇ ਦੁਕਾਨ ਤੇ ਕੱਢਦੇ ਹੁੰਦੇ ਗਾਲੇ ਸਾਨੂੰ ਜੋ ਹੀ ਆਉਂਦੇ ਆ ਤੇ ਮੇਰਾ ਪਾਪਾ ਕਿਹੜਾ ਕੋਰਸ ਕਰਾਉਂਦਾ ਤੁਹਾਨੂੰ ਗਾਲਾ ਦਾ ਕਰਾਉਂਦਾ ਆ ਤੇ ਗੱਲ ਗਲਤ ਨਾਲੇ ਤੁਸੀਂ ਸਾਡੀ ਦੁਕਾਨ ਤੋਂ ਚੀਜ਼ੀਆਂ ਖਾਓ ਤੇ ਨਾਲੇ ਸਾਡੇ ਕੋਲ ਗਾਲਾ ਸਿੱਖੋ ਤੇ ਨਾਲੇ ਸਾਡੇ ਨਾਲ ਇਲਜ਼ਾਮ ਲਾਓ ਬੜਾ ਬੋਲਦਾ ਵਾ ਉਹ ਤੂੰ ਅਨਪੜ੍ਹ ਜਿਹਾ ਹੈਗਾ ਤੂੰ ਕਿੱਥੇ ਸਪੇਨ ਚ ਆ ਗਿਆ ਵਾ ਨਿਮਰਤ ਉਹ ਨਿਮਰਤ ਪਿੰਡ ਕਿਹੜਾ ਆਪਣਾ ਤੁਹਾਡਾ ਤੇ ਕਿਰਤੋਵਾਲ ਤੁਹਾਡਾ ਕਿਹੜਾ ਵਾ ਪਿੰਡ ਦਾ ਨਾਂ ਦੱਸ ਉਹਨੇ ਅਰਨ ਹੁੰਦੇ ਦੱਸਤਾ ਵਾ ਉੱਚੀ ਸਾਰੀ ਯੱਲੂਵਾਲ ਇਹ ਕੁੜੀ ਆਪਣੇ ਪਿੰਡ ਦੀ ਕਾਲੀਆਂ ਨੇ ਵੇਹੜੇ ਦੀ ਕੁੜੀ ਆ ਹਾਂਜੀ ਆਪਾਂ ਖਾ ਲਈ ਰੋਟੀ ਰੋਟੀ ਕਿਸੇ ਵੀ ਮਤਲਬ ਬਹੁਤ ਜਾਣੀ ਸਵਾਲ ਸੀ ਮੈਂ ਕਿਸੇ ਵੀ ਕਮੀ ਵਿੱਚ ਨਹੀਂ ਤੇ ਆ ਵਿਆਹਾਂ 'ਚ ਪਾਪੜ ਪਹਿਲਾਂ ਹੁੰਦੇ ਇਹਨਾਂ ਬਾਅਦ 'ਚੋਂ ਖਵਾਏ ਚੱਕਰ ਕੀ ਆ ਸਫੇਦ ਇਹਨਾਂ ਦਾ ਮੈਨੂੰ ਲੱਗਦਾ ਗਵਾਂਢੀ ਆਪਣੇ ਪਹਿਲਾਂ ਮਠਿਆਈ ਪਹਿਲਾਂ ਖਾਂਦੇ ਮੈਨੂੰ ਲੱਗਦਾ ਗਵਾਂਢੀ ਹਿੱਲ ਗਏ ਆ ਮਿੱਠਾ ਕੌਣ ਹੈ ਕਰਾਰਾ ਗਵਾਈ ਜਾਂਦੇ ਰੋਟੀ ਤੋਂ ਬਾਅਦ ਅਜੇ ਰੋਟੀ ਚੱਲੀ ਜਾਣ ਡੀ ਆ ਉਮੀਦ ਹੈਗੀ ਆਪਾਂ ਅਜੇ ਮਿੱਠਾ ਆਉਂਦੀ ਅੱਛਾ ਮੱਛੀ ਦੀ ਜਗ੍ਹਾ ਤੇ ਸਾਰੇ ਘਰਦੇ ਆ ਦੋ ਦਿਨ ਜਵਾਕ ਰਹਿੰਦੇ ਆ ਉਹਨੂੰ ਕਿਹੜਾ ਪੱਕੜ ਪੱਕੜ ਕਰਨ ਆਉਣਾ ਵਾ ਤੇ ਉਹ ਇਹਨਾਂ ਕਿਨਾਰੀ ਨੀ ਮੇਰੇ ਕੋਲ ਲੱਗੀ ਉਹ ਲਵਾਉਣੀ ਕੋਟਨ ਦਾ ਤੇ ਆਹ ਤੇਰੇ ਪਰਾਉਣੇ ਦੇ ਨਾਲ ਸ਼ਰਟ ਕੋਈ ਲਾਗ ਲੋਗ ਦੇਣਾ ਮੈਨੂੰ ਤੇ ਆਈ ਹੈ ਹਨ ਤੇ ਆਹ ਅਰਨਵ ਦਾ ਸੂਟ ਬਹੁਤ ਕਿਹਦਾ ਫੀਲ ਹੋ ਰਿਹਾ ਤੁਹਾਨੂੰ ਨਵਾਂ ਸੂਟ ਲੱਗੇ ਸੁੰਦਰ ਮੈਂ ਨਾ ਸੱਤੀ ਆ ਜਾ ਗਿਫਟ ਲੈ ਲੈ ਨਾਲ ਦੇ ਔਰ ਆ ਤੇ ਬਾਲੀ ਫੀਲਿੰਗ ਤਕੜੀ ਲਿਆਂਦੀ ਆ ਤੇ ਲੱਗਣ ਡਿਆ ਜਿਦਾ ਕਿੰਗ ਤੇਜਾ ਕਿੱਡਾ ਖੁਸ਼
अपने हिस्से आ गिलास आया वा पर वेखण च थोड़ा ही लगदा वा। ओ तेजे अरे खाइए गल बात तगड़ी जे मैं अगली बार इंडिया को गलासी दे गलासी बड़ी गल बात दीदी पता वा अह चाह तो बिना निकलना नहीं जे इथो निकले घरे जाके चाह पीनी आप बना के फायदा सोचा वा दूर तुम पता दूर बड़ी जाना भी अह गड्डी चला के पूरी साडी केयर की जा रही है दूर तुम सारे पता कि दीदी नाल बीपी की गोली भी लिया एक नहीं हम बाद जाना मम्मी का छक लेना गोली गट्टा बहुत ज्यादा जाके गोली गट्टा भी छकना है माता जी गोली गट्टा कोई नहीं छकांगे मतलब अगले ने उदों दी पार्टी मेरा करके स्टक कीती है ना हुण उहने ओपन कीती है कोई नहीं मतलब गोली गट्टा भी छकना पैणा ओए चॉकलेट खाई जाना सारा कुछ बहुत सवाद सी क्योंकि इन्ना बड़े चिर का गया तुहानू रोटी ते सद्दना वा असी मतलब ये नवे ही आए साडे लागे 5 साल तो ही आए आ बाय बाय।